ਅੱਜ ਮੈਂ ਤੁਹਾਨੂੰ ਆਪਣੀ ਸੂਰਜ ਤੇ ਚਾਨਣ ਤੇ ਜ਼ੋਰ ਨਾਲ ਚੱਲਣ ਵਾਲੀ ਮੋਟਰ ਵਿਖਾਵਾਂਗਾ। ਇਹ ਦੇਖੋ, ਇਹ ਇੱਕ ਸੋਲਰ ਚਾਦਰ ਹੈ ਤੇ ਇਸ ਤੇ ਜਦੋਂ ਸੂਰਜ ਦੀ ਚਾਨਣ ਪੈਂਦਾ ਹੈ ਤੇ ਇਸ ਤਾਰ ਚੋਂ ਬਿਜਲੀ ਹੋ ਕੇ ਇਸ ਮੋਟਰ ਵਿੱਚ ਆਉਂਦੀ ਹੈ। ਮੋਟਰ ਚੱਲਦੀ ਹੈ ਤੇ ਇਹ ਪੱਖਾ ਚੱਲਦਾ ਹੈ। ਹੁਣ ਇਹ ਸੋਲਰ ਹੁਣ ਇਹ ਸੋਲਰ ਪੈਨਲ ਤੇ ਮੈਂ ਹਲੇ ਵੀ ਸੂਰਜ ਦਾ ਚਾਨਣ ਪਹੁੰਚ ਰਿਹਾ ਤੇ ਇਸ ਤੇ ਮੈਂ ਹੁਣ ਹੱਥ ਰੱਖਾਂਗਾ ਤੇ ਇਹ ਰੁਕ ਗਈ ਹੈ ਤੇ ਫਿਰ ਚੱਲ ਪਈ। ਇਹ ਮੋਟਰ ਮੇਰੇ ਅੱਬਾ ਜੀ ਦੁਨੀਆ ਦੇ ਸਭ ਤੋਂ ਵੱਡੇ ਸਾਇੰਸ ਮਿਊਜ਼ੀਅਮ ਡਾਇਚੇ ਮਿਊਜ਼ੀਅਮ ਮਿਊਨਿਖ ਇਸ ਜਰਮਨੀ ਤੋਂ ਲਿਆਏ ਸਨ। ਇਸ ਦੇ ਪਿੱਛੇ ਇਸ ਦੋ ਤਾਰਾਂ ਪਲੱਸ ਮਾਈਨਸ ਤੋਂ ਬਿਜਲੀ ਆ ਰਹੀ ਹੈ ਤੇ ਚੱਲ ਰਿਹਾ।